ਬਾਅਦ ਤੁਹਾਡਾ ਮੁੜ ਤੋਂ ਸਵਾਗਤ ਹੈ। ਤੁਸੀਂ ਮਰਨ ਤੋਂ ਬਾਅਦ ਤਾਂ ਅੰਤਿਮ ਅਰਦਾਸ ਹੁੰਦੀ ਹੋਈ ਦੇਖੀ ਹੋਵੇਗੀ, ਪਰ ਬਟਾਲਾ ਦੇ ਗੁਲਜ਼ਾਰੀ ਲਾਲ ਨੇ ਆਪਣੇ ਮਰਨ ਤੋਂ ਪਹਿਲਾਂ ਹੀ ਆਪਣੇ ਅੰਤਿਮ ਅਰਦਾਸ ਕਰਵਾ ਲਈ ਹੈ। 109 ਸਾਲ ਦੇ ਗੁਲਜ਼ਾਰੀ ਲਾਲ ਦਾ ਕਹਿਣਾ ਹੈ ਕਿ ਉਸਦੇ ਅੱਗੇ ਪਿੱਛੇ ਕੋਈ ਨਹੀਂ ਹੈ, ਇਸ ਲਈ ਉਹ ਆਪਣੇ ਜਿੰਦੇ ਜੀ ਹੀ ਆਪਣੀ ਅੰਤਿਮ ਅਰਦਾਸ ਕਰਵਾਉਣਾ ਚਾਹੁੰਦਾ ਸੀ। ਉਸਦਾ ਕਹਿਣਾ ਹੈ ਕਿ ਉਹ ਅਨਾਥ ਹੈ ਤੇ ਉਸਦੇ ਮਰਨ ਤੋਂ ਬਾਅਦ ਉਸਦੀ ਕੋਈ ਅੰਤਿਮ ਅਰਦਾਸ ਕਰੇ ਚਾਹੇ ਨਾ ਕਰੇ, ਇਸ ਲਈ ਉਸਨੇ ਪਹਿਲਾਂ ਹੀ ਆਪਣੇ ਅੰਤਿਮ ਰਸਮਾਂ ਕਰਵਾ ਲਈਆਂ ਨੇ ਤਾਂ ਜੋ ਮੁਕਤੀ ਪ੍ਰਾਪਤ ਹੋ ਸਕੇ। ਗੁਲਜ਼ਾਰੀ ਲਾਲ ਨੰਦਾ ਜੀ, ਇਹ ਸਵਰਗ ਵਾਸੀ ਕਿਸ਼ਨ ਚੰਦ ਦੇ ਲੜਕਾ ਜੀ ਨੇ, ਇਹ ਦਰੰਗਲੇ ਦੇ ਰਹਿਣ ਵਾਲੇ ਸੀ। ਮੈਨੂੰ ਤਕਰੀਬਨ ਇੱਥੇ 32 ਸਾਲ ਹੋ ਗਏ ਇਹਨਾਂ ਨੂੰ ਦੇਖਦੇ ਹਾਂ। ਇਹ ਕਾਫੀ ਸਮੇਂ ਤੋਂ ਇੱਥੇ ਰਹਿ ਰਹੇ ਨੇ ਤੇ ਬਹੁਤ ਅੱਛੇ ਨੇ। ਇਹ ਪੁਲਿਸ ਦੀ ਅੱਛੀ ਸੇਵਾ ਕਰਦੇ ਤੇ ਪੁਲਿਸ ਇਹਦੀ ਬਹੁਤ ਜ਼ਿਆਦਾ ਬੱਚਿਆਂ ਵਾਂਗੂ ਇਹਦੀ ਬਜ਼ੁਰਗਾਂ ਵਾਂਗੂ ਇਹਦੀ ਸੇਵਾ ਕਰਦੀ ਆ। ਜੋ ਕੱਪੜਾ ਲੱਤਾ ਹੈ, ਰੋਟੀ ਪਾਣੀ ਫ੍ਰੀ ਇਹਨਾਂ ਨੂੰ ਪੁਲਿਸ ਖਵਾਉਂਦੀ ਆ। ਹੁਣ ਤਾਂ ਇਹਨਾਂ ਦੀ ਤਕਰੀਬਨ ਉਮਰ ਹੋਣੀ ਹੈ 109 ਜਾਂ 8 ਸਾਲ ਦੀ। ਇਹ ਸੁਖਨੇ 'ਚ ਆਏ ਵੀ ਤੇਰੇ ਅੱਗੇ ਪਿੱਛੇ ਰੋਣ ਵਾਲਾ ਕੋਈ ਨਹੀਂ, ਤੂੰ ਆਪਣੇ ਜਿੰਦੇ ਜਿੰਦੇ ਕਰ ਦੇ। ਇੱਥੇ ਸਾਡੀ ਕੰਟੀਨ ਦੇ ਉੱਤੇ ਆਣ ਕੇ ਤੇ ਮਾੜਾ ਜਿਹਾ ਰੋਣ ਡਿਆ ਪਿਆ, ਕਹਿੰਦਾ ਵੀ ਮੇਰਾ ਜਿੰਦੇ ਜਿੰਦੇ ਇਕੱਠ ਹੋ ਜਾਵੇ ਤਾਂ ਸਭ ਤੋਂ ਵਧੀਆ, ਮੈਂ ਮਰਨ ਲੱਗੇ ਬਾਅਦ 'ਚ ਦੇਖਣਾ ਨਹੀਂ। ਇਹ 22 ਤਰੀਕ ਨੂੰ ਸ਼ਨੀਵਾਰ ਵਾਸਤੇ ਦਿਨ ਨਾ ਇਹਨਾਂ ਨੇ ਸੁਖਣੀ ਸਾਹਿਬ ਦਾ ਪਾਠ ਕਰਾਉਣਾ ਵਾ ਅਤੇ ਬਾਕੀ ਖੁਸ਼ੀ ਦੇ ਨਾਲ ਆਪਣੇ ਕਹਿੰਦੇ ਵੀ ਮੈਂ ਇਹ ਕੰਮ ਜਿਹੜਾ ਮੇਰੇ ਹੁੰਦੇ ਹੁੰਦੇ ਹੋ ਜੇ ਨੰਦਾ ਜੀ। ਮਾਂ ਬਾਪ ਕੋਈ ਨਹੀਂ, ਮਾਂ ਬਾਪ ਬੱਚੇ ਹੈ ਕਿ ਨਹੀਂ ਹੈ, ਸੇਵਾ ਕਰਨਾ ਚਾਹ ਚੁਗਦੀ, ਹੋਰ ਕੀ ਕਰਨੀ। ਆਪਣੀ ਖੁਸ਼ੀ ਨਾਲ ਕਰਨਾ ਚਾਹੁੰਦਾ, ਮੈਨੂੰ ਕੋਈ ਮਰ ਜਾ ਮੇਰਾ ਕੌਣ ਜ਼ਿੰਮੇਵਾਰ, ਕਿਸੇ ਨੇ ਹੋਣਾ ਕਿ ਨਹੀਂ ਹੋਣਾ। 22 ਤਰੀਕ ਨੂੰ ਪੁਲਸਣ ਗੁਰਦੁਆਰਾ।